ਸਟ੍ਰਾਅ ਟਰਬਾਈਨ ਸਭ ਤੋਂ ਆਸਾਨ ਘੁੰਮਣ ਵਾਲੀ ਚੀਜ਼ ਹੈ। ਇਸ ਲਈ ਕੈੜੀਆਂ, ਸਟ੍ਰਾਅ, ਸੂਈ, ਕੈਂਚੀ, ਕਾਪਰ ਦੀ ਤਾਰ ਤੇ ਟੇਪ ਦੀ ਲੋੜ ਪਏਗੀ। ਕੈੜੀ ਸਟ੍ਰਾਅ ਨੂੰ ਤਕਰੀਬਨ 2 ਸੈਂਟੀਮੀਟਰ ਤੇ ਕੱਟ ਲਵੋ। ਇਸ ਦੇ ਮੱਧ ਵਿੱਚ ਇੱਕ ਲੰਬੀ ਸੂਈ ਦੇ ਨਾਲ ਗਲੀ ਕਰ ਲਵੋ। ਹੁਣ ਥੋੜੀ ਜਿਹੀ ਕਾਪਰ ਦੀ ਤਾਰ ਲੈ ਕੇ ਸੂਈ ਤੇ ਵਾਇੰਡ ਕਰ ਲਵੋ। ਹੁਣ ਤਾਰ ਦਾ ਦੂਜਾ ਸਿਰਾ ਸਟ੍ਰਾਅ ਦੀ ਗਲੀ ਵਿੱਚ ਕੱਢੋ। ਤਾਰ ਦੀ ਲੂਪ ਸਟੋਪਰ ਦਾ ਕੰਮ ਕਰੇਗੀ। ਹੁਣ ਇੱਕ ਹੋਰ ਲੂਪ ਸੂਈ ਤੇ ਵਾਇੰਡ ਕਰਦੇ ਹੋਏ ਬਣਾਓ। ਦੋਨੋਂ ਕੋਨਿਆਂ ਤੇ ਲੂਪ ਹੋਣਗੇ ਤੇ ਸਟ੍ਰਾਅ ਇਸ ਦੇ ਵਿੱਚੋਂ ਘੁੰਮੇਗੀ। ਹੁਣ ਤੁਸੀਂ ਦੇਖ ਸਕਦੇ ਹੋ ਕਿ ਸਪਿਨਰ ਤਿਆਰ ਹੈ। ਦਿਖਾਏ ਅਨੁਸਾਰ ਵੱਡੀ ਸਟ੍ਰਾਅ ਵਿੱਚ ਗਲੀ ਕਰਕੇ ਤਾਰ ਪਾ ਦਿਓ ਤੇ ਟੇਪ ਲਗਾ ਲਿਓ। ਇਹ ਫੂਕ ਮਾਰਨ ਤੇ ਬਹੁਤ ਤੇਜ਼ੀ ਨਾਲ ਘੁੰਮੇਗੀ। ਜੇ ਤੁਸੀਂ ਚਾਹੋ ਤਾਂ ਟਰਬਾਈਨ 4 ਬਲੇਡ ਵਾਲਾ ਵੀ ਬਣਾ ਸਕਦੇ ਹੋ। ਇਹ ਬਹੁਤ ਖੂਬਸੂਰਤ ਤੇ ਆਰਾਮ ਨਾਲ ਘੁੰਮਦਾ ਦਿਖਾਈ ਦਿੰਦਾ ਹੈ।